ਹਾਂ ਜੀ ਮਿੱਤਰੋ, ਕੀ ਹਾਲ ਚਾਲ ਹੈ ਜੀ? ਮੇਰਾ ਨਾਮ ਹੈ ਪ੍ਰਭਦੀਪ ਸਿੰਘ ਅਤੇ ਅੱਜ ਮੈਂ ਪਹੁੰਚਿਆ ਟੋਲਕੋ ਲੰਬਰ ਮਿੱਲ ਹਾਈ ਪ੍ਰੇਰੀ ਸ਼ਹਿਰ ਦੇ ਵਿੱਚ। ਔਰ ਟਾਊਨ ਹੈ ਨਿਗਾਹ ਜਿਹਾ ਹਾਈ ਪ੍ਰੇਰੀ, ਉੱਥੇ ਇੱਕ ਟੋਲਕੋ ਦੀ ਲੰਬਰ ਮਿੱਲ ਆ, ਉੱਥੋਂ ਆਪਾਂ ਲੋਡ ਚੱਕ ਰਹੇ ਹਾਂ। ਆਹ ਮੇਰਾ ਟਰੱਕ ਹੈ ਜੀ ਇੱਥੇ ਪਿੱਛੇ, ਇਹ ਹੈਗਾ ਜੀ ਖਾਲੀ ਟ੍ਰੇਲਰ ਇਹਦੇ, ਮਗਰ ਉਹ ਤੁਸੀਂ ਦੇਖ ਨਹੀਂ ਸਕਦੇ ਕਿਉਂਕਿ ਹਨੇਰੇ 'ਚ ਆ। ਪਰ ਅੱਜ ਮੈਂ ਇੱਥੋਂ ਪੂਰੀ ਲੋਡ ਕਰਵਾਉਣ ਦੀ ਪ੍ਰੋਸੈਸ ਦੀ ਵੀਡੀਓ ਬਣਾਊਂਗਾ, ਉਹਨੂੰ ਸਿਕਿਓਰ ਕਿਵੇਂ ਕਰਦੇ ਹਾਂ ਆਪਾਂ, ਅਤੇ ਉੱਥੇ ਟਾਰਪ ਕਿੱਦਾਂ ਪਾਈ ਦੀ ਆ, ਉਹਦੀ ਸਾਰੀ ਇਨਫੋਰਮੇਸ਼ਨ ਇਸ ਵੀਡੀਓ 'ਚ ਦਊਂਗਾ ਮੈਂ। ਬਣੇ ਰਹੋ ਵੀਡੀਓ ਦੇ ਨਾਲ। ਅਤੇ ਹੁਣ ਮੈਂ ਜਾਣਾ ਅੰਦਰ, ਅੰਦਰ ਜਾਣ ਤੋਂ ਪਹਿਲਾਂ ਮੈਨੂੰ ਪਾਉਣਾ ਪੈਣਾ ਕਵਰ ਆਲ ਅਤੇ ਆਪਣਾ ਸੇਫਟੀ ਗੀਅਰ, ਉਹ ਪਾਉਣ ਲਈ ਮੈਂ ਕੈਮਰਾ ਰੱਖ ਲੂੰਗਾ ਇੱਥੇ ਰਾਈਟ ਹੀਅਰ। ਲਓ ਜੀ ਦੇਖੋ ਤੁਸੀਂ ਟਾਈਮ ਲੈਪਸ। ਲਓ ਜੀ ਆਪਾਂ ਪਾ ਲਿਆ ਆਪਣਾ ਸੇਫਟੀ ਗੀਅਰ ਹਾਰਡ ਹੈਡ ਨਾਲ, ਸੇਫਟੀ ਗਲਾਸਿਸ ਜਿਵੇਂ ਤੁਸੀਂ ਦੇਖ ਸਕਦੇ ਹੋ, ਕਵਰ ਆਲ ਅਤੇ ਨਾਲ ਸੇਫਟੀ ਸ਼ੂਜ਼, ਇਹ ਅੰਦਰ ਜਾਣ ਲਈ ਜ਼ਰੂਰੀ ਨੇ। ਇਹ ਆਪਾਂ ਪਹਿਲਾਂ ਜਾ ਕੇ ਅੰਦਰ ਕਰਾਂਗੇ ਸਾਈਨ ਇਨ, ਸਾਈਨ ਇਨ ਕਰਕੇ ਅਤੇ ਫਿਰ ਤੁਹਾਨੂੰ ਦਿਖਾਉਂਦੇ ਹਾਂ ਲੋਡਿੰਗ ਦੀ ਪ੍ਰੋਸੈਸ ਸਾਰੀ। ਓਕੇ ਥੈਂਕ ਯੂ। ਜਾ ਕੇ ਦਫ਼ਤਰ ਅਸੀਂ ਚੱਕ ਲਿਆ ਪੇਪਰ ਵਰਕ, ਹੁਣ ਪੇਪਰ ਵਰਕ ਚੱਕ ਕੇ ਮੈਂ ਜਵਾਬ ਨੂੰ ਜਾਊਂਗਾ ਆਪਣੇ ਟਰੱਕ 'ਚ, ਉੱਥੇ ਫਿਰ ਉਹ ਵੇਟ ਜਿੰਨਾ ਟਾਈਮ ਬੰਦਾ ਮੈਨੂੰ ਬੁਲਾਉਂਦਾ ਨਹੀਂ ਮੁੜੇ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਬੰਦਾ ਮਾਰਿਆ ਮੈਨੂੰ ਲਾਈਟਾਂ, ਮੈਨੂੰ ਕਹਿ ਰਿਹਾ ਵੀ ਆਇਆ ਮਿੱਤਰਾ ਅੰਦਰ ਲੈ ਗਿਆ ਆਪਣਾ ਟਰੱਕ। ਹੁਣ ਮੈਂ ਜਾਊਂਗਾ ਆਪਣੇ ਟਰੱਕ ਦੇ ਅੰਦਰ ਅਤੇ ਲੈ ਕੇ ਜਾਊਂਗਾ ਇਹਨੂੰ ਅੰਦਰ ਮਿੱਲ ਦੇ, ਉਹਦੇ ਹਾਂ ਅਤੇ ਕਰਾਉਂਦੇ ਹਾਂ ਲੋਡਿੰਗ ਸ਼ੁਰੂ, ਅਤੇ ਤੁਹਾਨੂੰ ਦਿਖਾਉਂਦੇ ਹਾਂ ਕਿ ਕਿਵੇਂ ਹੁੰਦੀ ਆ ਲੋਡਿੰਗ ਅਤੇ ਸਿਕਿਓਰ ਮਿੱਲ। ਜਦੋਂ ਆਹ ਗੇਟ ਦੇ ਅੰਦਰ ਐਂਟਰ ਕਰੀਦਾ ਮਿੱਲ ਦੇ ਵਿੱਚ, ਉਦੋਂ ਆਪਾਂ ਹਮੇਸ਼ਾ ਇੱਕ ਵਾਰੀ ਕਰਨਾ ਹੁੰਦਾ ਹੌਂਕ ਹਾਰਨ, ਕਿਉਂਕਿ ਉਹਨਾਂ ਨੂੰ ਪਤਾ ਲੱਗ ਜਾਏਗੀ ਟਰੱਕ ਆ ਰਿਹਾ ਅੰਦਰ। ਦੇਖਦਾ ਵੈਸੇ ਮੈਨੂੰ ਰਿਹਾ ਵਾ, ਪਰ ਫਿਰ ਵੀ ਇੱਕ ਰੂਲ ਬਣਾਇਆ ਇਹਨਾਂ ਨੇ ਕਿ ਅੰਦਰ ਵੜਨ ਤੋਂ ਪਹਿਲਾਂ ਹਾਰਨ ਮਾਰਦਾ ਹੈ ਟਰੱਕ ਦਾ ਹਮੇਸ਼ਾ ਇਸ ਮਿੱਲ ਦੇ ਵਿੱਚ। ਕਈਆਂ ਦੇ ਵਿੱਚ ਨਹੀਂ ਵੀ ਹੋਊਗਾ, ਪਰ ਇਸ ਮਿੱਲ 'ਚ ਇੱਦਾਂ ਆ। ਲਓ ਜੀ ਦੋਸਤੋ, ਟਰੱਕ ਮੈਂ ਲਿਆਉਂਦਾ ਹੈ ਮਿੱਲ ਦੇ ਅੰਦਰ। ਆਹ ਖੁੱਲ੍ਹਾ ਰਹਿਣ ਦਾ ਸੀ, ਮੈਂ ਪਹਿਲਾਂ ਬੰਦ ਕਰਦਾ। ਆ ਜਿਵੇਂ ਤੁਸੀਂ ਦੇਖ ਸਕਦੇ ਹੋ ਫਲੈਟ ਡੈਕ ਹੈਗਾ ਖਾਲੀ ਆ ਥੋੜ੍ਹੇ। ਇੱਥੇ ਹੁਣ ਇਹ ਆਪਣੇ ਉਹ ਆ ਜਿਹੜੇ ਜੋ ਵੀ ਨੇ ਉਹ OSB ਦੇ ਬੰਡਲ ਹੌਲੀ ਹੌਲੀ ਰੱਖਣੇ ਸ਼ੁਰੂ ਕਰੂਗਾ। ਜਦੋਂ ਸਾਰੀ OSB ਉਹਦੇ ਉੱਤੇ ਰੱਖ ਦਿੱਤੀ, ਫਿਰ ਮੈਂ ਉਹਦੇ ਉੱਤੇ ਪਾ ਦੂੰਗਾ ਸਟਰੈਪਸ ਅਤੇ ਉਹਨੂੰ ਕਰੂੰਗਾ ਸਿਕਿਓਰ। ਦੇਖਣ ਲਈ ਬਣੇ ਰਹੋ ਮਿੱਤਰੋ ਵੀਡੀਓ ਦੇ ਨਾਲ, ਪੂਰੀ ਅੱਜ ਜਿੰਨੀ ਐਂਡ ਤੱਕ ਲੋਡਿੰਗ ਦੀ ਸਾਰੀ ਪ੍ਰੋਸੈਸ ਸਾਰੀ ਦਿਖਾ ਦੇਣੀ ਆਪਾਂ ਤੁਹਾਨੂੰ। ਹਾਂਜੀ ਗਾਇਸ, ਜਿਵੇਂ ਤੁਸੀਂ ਦੇਖ ਸਕਦੇ ਉਹਨੇ ਲੋਡਿੰਗ ਸ਼ੁਰੂ ਕਰ ਦਿੱਤੀ ਹੈ ਟ੍ਰੇਲਰ ਦੀ। ਹੁਣ ਮੇਰਾ ਕੰਮ ਹੈ ਇੱਥੇ ਟਰੱਕ 'ਚ ਬੈਠ ਕੇ ਅਤੇ ਵੇਟ ਕਰਨੀ ਜਿੰਨਾ ਟਾਈਮ ਮੈਂ ਲੋਡਿੰਗ ਕਰਦਾ ਟਰੱਕ ਦੀ। ਮੈਂ ਬਾਹਰ ਜਾਣਾ ਅਲਾਊਡ ਨਹੀਂ, ਇਸ ਕਰਕੇ ਮੈਂ ਇੱਥੇ ਬੈਠ ਕੇ ਅਤੇ ਵੇਟ ਕਰੂੰਗਾ। ਅਤੇ ਜਦੋਂ ਉਹਨੇ ਲੋਡਿੰਗ ਕਰ ਦਿੱਤੀ ਡਨ, ਫਿਰ ਮੈਂ ਤੁਹਾਨੂੰ ਦਿਖਾਊਂਗਾ ਜੀ ਲੋਡਿਡ ਟ੍ਰੇਲਰ ਕਿੱਦਾਂ ਦਾ ਆ, ਤੁਹਾਨੂੰ ਫਿਰ ਕਿਵੇਂ ਸਿਕਿਓਰ ਕਰਨਾ ਵਾ। ਅਤੇ ਕਰ ਦਿੱਤਾ ਟ੍ਰੇਲਰ ਸਾਰਾ ਲੋਡ, ਆਹ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਜੀ ਆਹ ਲੋਡਿਡ ਟ੍ਰੇਲਰ ਜਿਵੇਂ ਤੁਸੀਂ ਦੇਖ ਰਹੇ ਹੋ। ਇਹਨੂੰ ਹੁਣ ਮੈਂ ਕਰੂੰਗਾ ਸਿਕਿਓਰ। ਆਹ ਦੋ ਦੋ ਬੰਡਲ ਨੇ ਇਕੱਠੇ, ਇਹਨਾਂ 'ਤੇ ਹਰੇਕ ਬੰਡਲ 'ਤੇ ਦੋ ਦੋ ਸਟਰੈਪਸ ਪਾ ਕੇ, ਆਹ ਹੁੰਦੀਆਂ ਨੇ ਵਿੰਚਸ, ਇਹਨਾਂ ਦੇ ਵਿੱਚ ਪਾ ਕੇ ਸਟਰੈਪ 'ਤੇ ਕੱਸੂੰਗਾ, ਉਹ ਵੀ ਤੁਹਾਨੂੰ ਦਿਖਾਉਂਦੇ ਹਾਂ ਸਾਰਾ ਕੁਛ। ਬਸ ਬਣੇ ਰਹੋ ਵੀਡੀਓ ਦੇ ਨਾਲ। ਹੁਣ ਮੈਂ ਸਾਰੇ ਜਿੰਨੀਆਂ ਵੀ ਸਟਾਪ ਸੀ ਉਹਨਾਂ ਨੂੰ ਵਿੰਚਸ ਦੇ ਵਿੱਚ ਪਾ ਦਿੱਤਾ ਆ। ਹੁਣ ਮੈਂ ਕਰਦਾ ਇੱਥੇ ਚੱਕਣੀ ਆਪਣੀ ਵਿੰਚ ਬਾਰ, ਜਿਹਨੂੰ ਕਹਿੰਦੇ ਆ ਵਿੰਚ ਬਾਰ ਹੀ ਕਹਿੰਦੇ ਆ ਜਿਹਨੂੰ, ਉਹ ਚੱਕ ਕੇ ਉਹਦੇ ਨਾਲ ਕਰੂੰਗਾ ਸਾਰੇ ਦੇ ਸਾਰੇ ਜਿੰਨੀਆਂ ਸਟਾਪ ਸੀਗੀਆਂ ਟਾਈਟ। ਆਹ ਵਾਲੀ ਹੈਗੀ ਇੱਥੇ ਹੇਠਾਂ ਵਿੰਚ, ਆਹ ਵਿੰਚ ਦੇ ਵਿੱਚ ਪਈ ਹੋਈ ਹੈ ਸਟਰੈਪ, ਅਤੇ ਆਹ ਬਾਰ ਵਰਤ ਕੇ ਅਸੀਂ ਵਿੰਚ ਨੂੰ ਕਰਦੇ ਟਾਈਟ। ਆਹ ਦੇਖੋ, ਬਸ ਬਹੁਤ ਹੀ ਸਿੰਪਲ ਕੰਮ ਹੈ, ਇੱਥੋਂ ਬਾਰ ਨੂੰ ਫੜਨਾ ਆ, ਇਹਨੂੰ ਟਾਈਟ ਕਰਨ ਦੀ ਕੋਸ਼ਿਸ਼ ਕਰਨੀ ਜਿੰਨਾ ਵੱਧ ਤੋਂ ਵੱਧ ਹੋ ਸਕਦਾ। ਵਿੰਚ ਨੇ ਆਪੇ ਉਹਨੂੰ ਰੋਕਿਆ ਜਿੱਦਾਂ ਦੀ ਯਾਰ ਕੋਈ ਸਿੰਪਲ ਵਿੰਚ ਹੁੰਦੀ ਉੱਦਾਂ ਦੀ, ਬਸ ਸਿੰਪਲ ਵਿੰਚ ਹੈ ਅਤੇ ਇੱਦਾਂ ਹੀ ਸਾਰੀਆਂ ਨੂੰ। ਹੁਣ ਜਿੰਨੀਆਂ ਬਾਕੀ ਵਿੰਚਸ ਵੀ ਨੇ ਜਿੰਨਾ ਸਟਰੈਪਸ ਪਈਆਂ ਨੇ ਉਹਨਾਂ ਸਾਰੀਆਂ ਨੂੰ ਟਾਈਟ ਕਰ ਦੇਣਾ ਹੈ। ਜਦੋਂ ਸਾਰੀਆਂ ਹੋ ਗਈਆਂ ਟਾਈਟ, ਫਿਰ ਆਪਾਂ ਕਰਨਾ ਲੋਡ ਨੂੰ ਉਤਾਰ, ਉਹ ਵੀ ਤੁਹਾਨੂੰ ਦਿਖਾਉਂਦੇ ਹਾਂ, ਬਸ ਬਣੇ ਰਹੋ ਵੀਡੀਓ ਦੇ ਨਾਲ। ਹਾਂਜੀ ਗਾਇਸ, ਹੁਣ ਜਿਹੜਾ ਮੇਰੇ ਪਿੱਛੇ ਲੋਡ ਆ ਮੈਂ ਸਾਰਾ ਸਿਕਿਓਰ ਕਰ ਦਿੱਤਾ ਆ, ਇਹ ਹੁਣ ਮੈਂ ਸਾਰੀਆਂ ਸਟਰੈਪਸ ਜਿਹੜੀਆਂ ਨੇ ਉਹ ਵਿੰਚਸ ਨਾਲ ਕਰਤੀਆਂ ਨੇ ਟਾਈਟ। ਹੁਣ ਇਹ ਲੋਡ ਕਿਤੇ ਨਹੀਂ ਜਾਂਦਾ, ਪਰ ਹੁਣ ਇੱਕ ਹੋਰ ਸਟੈਪ ਉਹ ਹੈਗਾ ਜੀ, ਇਹਨੂੰ ਕਰਨਾ ਆਪਾਂ ਟਾਰਪ। ਆਹ ਪਈਆਂ ਨੇ ਮੇਰੀਆਂ ਟਾਰਪਾਂ, ਇਹਨਾਂ ਨੂੰ ਉੱਤੇ ਰੱਖ ਕੇ ਇੱਕ ਅੱਗੇ ਅਤੇ ਇੱਕ ਪਿੱਛੇ ਅਤੇ ਕਰਾਊਂਗਾ ਇਹਨਾਂ ਨੂੰ ਕਰੂੰਗਾ ਕਵਰ ਟਾਰਪਾਂ ਦੇ ਨਾਲ। ਟਾਰਪਾਂ ਆਪਾਂ ਪਾਈ ਦੇ ਨੇ ਤਾਂ ਕਿ ਰੇਨ ਮੀਂਹ ਸਨੋਅ ਵਗੈਰਾ ਤੋਂ ਬਚਾ ਰਹੇ ਲੋਡ। ਦਿਖਾਉਂਦੇ ਹਾਂ ਟਾਰਪਿੰਗ ਦੀ ਸਾਰੀ ਪ੍ਰੋਸੈਸ,
ਕਿਵੇਂ ਕਰੀਦਾ ਲੋਡ ਨੂੰ ਕਵਰ ਟਾਰਪਾਂ ਦੇ ਨਾਲ। ਬਹੁਤ ਵੱਡਾ ਟੌਪਿਕ ਆ, ਕਈ ਜਣੇ ਸੋਚਦੇ ਕਿ ਬਹੁਤ ਔਖਾ ਕੰਮ ਆ। ਔਖਾ ਤਾਂ ਬਸ ਹੈਗਾ, ਲੇਬਰ ਲੱਗਦੀ ਆ, ਪਰ ਜਦੋਂ ਤੁਸੀਂ ਕਰਨ ਲੱਗ ਪੈਂਦੇ ਫਿਰ ਆਦਤ ਬਣ ਜਾਂਦੀ, ਫਿਰ ਬਹੁਤਾ ਔਖਾ ਨਹੀਂ ਲੱਗਦਾ। ਅੱਜ ਤੁਸੀਂ ਦੇਖਿਓ ਕਿਵੇਂ ਹੁੰਦਾ ਆ, ਤੁਹਾਨੂੰ ਪਾ ਲਾ ਜੂਗੀ ਕੀ ਵਿੱਚ ਰਾਜ ਆ ਜੀ ਟਾਰਪਾਂ ਦਾ। ਦੇਖੋ ਅਤੇ ਪਤਾ ਕਰੋ ਆਪਣੇ ਆਪ ਵੀ। ਅੱਛਾ ਹੁਣ ਆਪਣਾ ਲੋਡਰ ਬਾਈ ਚੱਕ ਰਿਹਾ, ਉਹਨੂੰ ਟਾਰਪਾਂ ਨੂੰ ਹੁਣ ਚੱਕ ਕੇ ਤਾਂ ਰੱਖ ਦੂਗਾ ਉੱਪਰ ਲੋਡ ਦੇ। ਸੋਰੀ, ਇਨ ਦਾ ਬੈਕ ਯਾ ਜੀ। ਹੁਣ ਇਹਨੇ ਰੱਖ ਦੇਣੀ ਹੈ ਟਾਰਪ ਉੱਪਰ ਲੋਡ ਦੇ, ਇੱਕ ਉਹ ਪਿੱਛੇ ਰੱਖ ਦੇਣੀ ਹੈ ਅਤੇ ਇੱਕ ਦੂਜੀ ਦੂਜੀ ਜਿਵੇਂ ਮੈਂ ਕਿਹਾ ਉਹਨੇ ਰੱਖ ਦੇਣੀ ਅੱਗੇ। ਬਹੁਤ ਸਿੰਪਲ ਕੰਮ ਹੈ, ਬਸ ਦੇਖੀ ਜਾਓ ਅਤੇ ਬਣੇ ਰਹੋ ਜੀ। ਗਾਇਸ, ਆਪਣੇ ਫੋਰਕਲਿਫਟ ਆਪਰੇਟਰ ਨੇ ਦੂਜੀ ਟਾਰਪ ਵੀ ਰੱਖ ਦਿੱਤੀ ਹੈ ਲੋਡ ਦੇ ਉੱਪਰ। ਹੁਣ ਮੈਂ ਟਰੱਕ ਨੂੰ ਥੋੜ੍ਹਾ ਜਿਹਾ ਅੱਗੇ ਮੂਵ ਕਰਕੇ ਇੱਥੇ ਸੇਫਟੀ ਹਾਰਨੇ ਸਰ, ਸੇਫਟੀ ਹਾਰਨੇ ਅਤੇ ਹੇਠਾਂ ਹੋ ਕੇ ਅਤੇ ਉੱਪਰ ਜਾ ਕੇ ਅਤੇ ਟਰੱਕ ਨੂੰ ਖਵਾਰੂੰਗਾ। ਹਾਂਜੀ ਗਾਇਸ, ਹੁਣ ਮੈਂ ਹੈਗਾ ਆਪਣੇ ਟਰੱਕ ਦੇ ਲੋਡ ਦੇ ਉੱਪਰ। ਆਹ ਦੇਖੋ ਜਿਵੇਂ ਮੈਂ ਉੱਪਰ ਖੜਾ ਹਾਂ, ਆਹ ਮੈਂ ਪਾਈ ਹੋਈ ਹੈ ਇੱਕ ਸੇਫਟੀ ਹਾਰਨੈਸ, ਇਹ ਜੇਕਰ ਮੇਰਾ ਪੈਰ ਤਿਲਕ ਜੇ ਮੈਨੂੰ ਡਿੱਗਣ ਤੋਂ ਬਚਾ ਲੈਂਦੀ ਆ। ਆਹ ਹੁਣ ਹੇਠਾਂ ਪਈ ਹੈ ਮੇਰੇ ਟਾਰਪ, ਇਹਨੂੰ ਮੈਂ ਵਿਛਾ ਦੂੰਗਾ ਸਾਰੇ ਲੋਡ ਦੇ ਉੱਤੇ ਸਿੱਧਾ ਸਿੱਧਾ ਅਤੇ ਬਾਹਰ ਨੂੰ ਇਹਨੂੰ ਖਿਲਾਰ ਦੇਣਾ ਇੱਧਰ ਨੂੰ ਕਰਕੇ, ਅਤੇ ਖਿਲਾਰ ਕੇ ਤੁਹਾਨੂੰ ਦਿਖਾਉਣਾ ਹੈ ਕਿ ਇਹਨੂੰ ਸਿਕਿਓਰ ਕਿਵੇਂ ਕਰਨਾ ਬਾਅਦ ਦੇ ਵਿੱਚ। ਹੁਣ ਜਿੱਦਾਂ ਮੈਂ ਟਰਪ ਸਾਰੀ ਸਾਰੀ ਸਿੱਧੀ ਸਿੱਧੀ ਰੋਲ ਆਊਟ ਕਰ ਦਿੱਤੀ ਹੈ, ਹੁਣ ਮੈਨੂੰ ਬਾਹਰ ਨੂੰ ਖਿਲਾਰੂੰਗਾ। ਇਹ ਆਪਾਂ ਫੋਲਡ ਹੀ ਇਸ ਤਰੀਕੇ ਨਾਲ ਕਰੀਦੀ ਹੈ ਕਿ ਜਦੋਂ ਆਪਾਂ ਖਿਲਾਰੀਏ ਇਹਨੂੰ ਸਿੱਧੀ ਸਿੱਧੀ ਖਿਲਰ ਜੇ ਅਤੇ ਦੋਨੇ ਸਾਈਡਾਂ 'ਤੇ ਇਕੁਅਲ ਜਾਵੇ। ਹਾਂਜੀ ਗਾਇਸ, ਹੁਣ ਮੈਂ ਸਾਰੀ ਲੋਡ ਦੇ ਉੱਪਰੋਂ ਦੀ ਟਰਪ ਜਿਹੜੀ ਖਿਲਾਰ ਦਿੱਤੀ ਆ। ਹੁਣ ਅਗਲਾ ਸਟੈਪ ਹੈ ਜੀ ਹੇਠਾਂ ਜਾ ਕੇ ਇਹਨੂੰ ਆਪਾਂ ਸਾਈਡਾਂ ਤੋਂ ਇਕੱਠੀ ਕਰ ਦੇਣਾ ਆ, ਕਿਉਂਕਿ ਬਦਲਣੀ ਵੀ ਜ਼ਰੂਰੀ ਹੈ, ਨਹੀਂ ਤਾਂ ਉੱਡਦੀ ਜਾਊਗੀ ਫਾਇਦਾ ਕੋਈ ਨਹੀਂ। ਜਿੱਦਾਂ ਹੁਣ ਤੁਸੀਂ ਦੇਖ ਸਕਦੇ ਹੋ ਕਿ ਲੋਡ ਦੇ ਉੱਪਰ ਜਦੋਂ ਆਪਾਂ ਖਿਲਾਰ ਦਿੰਦੇ ਹਾਂ ਉਦੋਂ ਇੱਦਾਂ ਦੀ ਲੱਗਦੀ ਆ, ਦੇਖ ਲਓ ਸਾਹਮਣੇ ਤੁਹਾਡੇ ਦਾ ਪਿਛਲਾ ਜਿਹੜਾ ਲੋਡ ਆ ਉਹਦੇ ਉੱਤੇ ਅਜੇ ਮੈਂ ਟਰਪ ਨਹੀਂ ਪਾਈ, ਸਾਡੇ ਮੂੰਹ 'ਤੇ ਪਾਈ ਆ। ਇਹ ਖਿਲਰ ਕੇ ਇੱਦਾਂ ਹੀ ਲੱਗਦੀ, ਹੁਣ ਆਪਾਂ ਹੀ ਕਰਨਾ ਕਿ ਹੌਲੀ ਹੌਲੀ ਆ ਰਹੀ ਆ ਸਾਈਡਾਂ ਪੱਲੇ ਨੇ, ਉਹਨਾਂ ਆਪਾਂ ਚੁੱਕ ਕੇ ਇਹਦਾ ਹੇਠਾਂ ਇਕੱਠੀਆਂ ਕਰ ਦੇਣੀਆਂ ਨੇ, ਉਹ ਵੀ ਤੁਹਾਨੂੰ ਦਿਖਾਉਂਦੇ ਹਾਂ। ਪਰ ਮੈਂ ਪਿਛਲੀ ਟਰਪ ਖਿਲਾਰ ਵਾਂ, ਉਹ ਖਿਲਾਰ ਕੇ ਫਿਰ ਮੈਂ ਇਹਨੂੰ ਕਰਦਾ ਇਕੱਠੀ, ਇਕੱਠੀ ਕਰਦੇ ਤੁਹਾਨੂੰ ਸਾਰੀ ਦਿਖਾਉਂਦੇ ਆਪਾਂ ਵੀਡੀਓ। ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਮੈਂ ਦੋਨੇ ਟ੍ਰੇਲਰਸ ਦੇ ਉੱਪਰ ਤਰਪਾਲਾਂ ਖਿਲਾਰ ਦਿੱਤੀਆਂ ਨੇ, ਜਿਵੇਂ ਤੁਸੀਂ ਆਹ ਦੇਖ ਰਹੇ ਹੋ ਖਿਲਰੀ ਹੋਈ ਤਰਪਾਲ ਆ, ਜਿੱਦਾਂ ਸਾਈਡਾਂ ਤੋਂ ਵੀ ਖਿਲਦੀ ਹੋਈ ਆ। ਇਹਨਾਂ ਦੋਨਾਂ ਤਰਪਾਲਾਂ ਨੂੰ ਆਪਾਂ ਸਾਈਡਾਂ ਤੋਂ ਚੁੱਕ ਕੇ ਇਕੱਠੀਆਂ ਕਰ ਦੇਣੀਆਂ ਅਤੇ ਲੋਡ ਨੂੰ ਕਰ ਦੇਣਾ ਐਂ ਸਿਕਿਓਰ, ਤਰਪਾਲਾਂ ਵੀ ਕਰ ਦੇਣੀਆਂ ਐਂ ਸਿਕਿਓਰ ਕਿਤੇ ਉੱਡਣ ਨਾ। ਅਤੇ ਇਹ ਖਿਆਲ ਰੱਖਣਾ ਹੈ ਕਿ ਤਰਪਾਲਾਂ ਪਾਟਣ ਨਾ, ਕਿਉਂਕਿ ਤਰਪਾਲਾਂ ਮਹਿੰਗੀਆਂ ਬਹੁਤ ਹੁੰਦੀਆਂ, ਫਿਰ ਕੰਪਨੀ ਵਾਲੇ ਤੁਹਾਨੂੰ ਗਾਲਾਂ ਕੱਢਣਗੇ, ਉਹ ਵੀ ਚੰਗੀ ਗੱਲ ਨਹੀਂ ਆ। ਸੋ ਆਪਾਂ ਕਰਦੇ ਕੰਮ ਸ਼ੁਰੂ, ਅਤੇ ਮੈਂ ਇੱਕ ਥੋੜ੍ਹੀ ਜਿਹੀ ਟਾਈਮ ਲੈਪਸ ਬਣਾਉਂਦਾ ਤਾਂ ਜੀ ਤੁਹਾਨੂੰ ਪਾ ਲਾ ਜੇ ਮੈਂ ਕਰਦਾ ਕੀ। ਹਾਂਜੀ ਗਾਇਸ, ਮੈਂ ਇੱਕ ਚੀਜ਼ ਦੱਸ ਦੇਣੀ ਚਾਹੁੰਦਾ ਕਿ ਆਪਾਂ ਲੋਡ ਨੂੰ ਸਿਕਿਓਰ ਕਰੀਦਾ ਇਸ ਚੀਜ਼ ਨਾਲ, ਇਹ ਹੈ ਜਿਹਨੇ ਬੰਜੀ ਕੋਰਡ ਜਾਂ ਬੰਨੀਆਂ ਕਹਿ ਦਿੰਦੇ ਆਪਾਂ ਇਹਨਾਂ ਨੂੰ, ਇਹਦੇ ਨਾਲ ਬੰਨੀ ਦੀ ਆ ਸਾਰੀਆਂ ਸਾਰੀਆਂ ਟਾਰਪਾਂ ਸਾਈਡਾਂ ਤੋਂ, ਇਹ ਫੜੋ ਕਿੰਨੀਆਂ ਹੁੰਦੀਆਂ ਨੇ ਉਹਦੇ ਨਾਲ ਇੱਕ ਕਰਕੇ ਆਹ ਚੀਜ਼ ਵਰਤੀ ਆ, ਸਾਰੀ ਟਾਰ ਬੰਨ ਦੇਣੀ। ਹਾਂਜੀ ਗਾਇਸ, ਹੁਣ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਵੀ ਟਾਰਪ ਆਪਾਂ ਪੂਰੀ ਕਰਤੀ ਆ ਸਨੱਧ ਅਤੇ ਸਿਕਿਓਰ, ਆਪਾਂ ਬੰਜੀਆਂ ਪਾ ਕੇ ਅਤੇ ਚੱਕ ਦਿੱਤੀ ਆ ਸਾਰੀ ਦੀ ਸਾਰੀ, ਹੁਣ ਇਹ ਜਮ੍ਹਾਂ ਸਿਕਿਓਰ ਆ, ਹੁਣ ਇਹ ਕਦੇ ਨਹੀਂ ਜਾਊਗੀ। ਅਤੇ ਇੰਨਾ ਕੰਮ ਹੈ ਜੀ ਟਾਰਪ ਨੂੰ ਪਾਉਣ ਦਾ, ਤੁਹਾਨੂੰ ਸਿਕਿਓਰ ਕਰਨ ਦਾ, ਸ਼ਾਇਦ ਤੁਹਾਨੂੰ ਥੋੜ੍ਹਾ ਬਹੁਤਾ ਪਾਰ ਲੱਗਾ ਹੋਵੇ ਇਸ ਵੀਡੀਓ ਤੋਂ। ਅਤੇ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਲਾਈਕ ਜ਼ਰੂਰ ਕਰ ਦਿਓ ਅਤੇ ਵੀਡੀਓ ਸ਼ੇਅਰ ਵੀ ਕਰ ਦਿਓ ਯਾਰ, ਕੀ ਪਤਾ ਕਿਹੜਾ ਬੰਦਾ ਕੋਈ ਵਿਚਾਰਾ ਅਗਰ ਟਾਰਪ ਪਾਉਣੀ ਸਿੱਖ ਰਿਹਾ ਤੁਹਾਨੂੰ ਥੋੜ੍ਹਾ ਬਹੁਤਾ ਪਾਰ ਲੱਗ ਜੂਗਾ। ਅਤੇ ਉਸ ਤੋਂ ਇਲਾਵਾ ਸਬਸਕ੍ਰਾਈਬ ਕਰ ਲਓ ਮੇਰਾ ਯੂਟਿਊਬ ਚੈਨਲ ਪ੍ਰਭਦੀਪ ਸਿੰਘ ਯੂਟਿਊਬ ਚੈਨਲ, ਜ਼ਰੂਰ ਸਬਸਕ੍ਰਾਈਬ ਕਰ ਲਿਓ ਅਤੇ ਮਿਲਦੇ ਅਗਲੀ ਵੀਡੀਓ 'ਚ। ਓਕੇ ਬਾਏ, ਟੜਾ ਗਿਆ, ਸਤਿ ਸ਼੍ਰੀ ਅਕਾਲ।